ਪਾਕਿਸਤਾਨ ਖਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਮਲਾਵਰ ਰੁਖ ਜਾਰੀ ਹੈ। ਕੈਪਟਨ ਨੇ ਕਿਹਾ ਕਿ ਪਾਕਿਸਤਾਨ ਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਦਰਅਸਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇੱਕ ਬਿਆਨ ਆਇਆ ਸੀ। ਇਮਰਾਨ ਖਾਨ ਵੱਲੋਂ ਪੁਲਵਾਮਾ ਅੱਤਵਾਦੀ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਹੋਣ ਦੇ ਸਬੂਤ ਮੰਗੇ ਗਏ ਸਨ ਅਤੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਸਬੂਤ ਮਿਲਣ ਤੇ ਕਾਰਵਾਈ ਕਰੇਗਾ। ਹਿੰਦੁਸਤਾਨ ਕੀ ਗਵਰਨਮੈਂਟ ਕੋ ਆਫਰ ਕਰ ਰਹਾ ਹੂੰ, ਕਿਸੀ ਕਿਸਮ ਕੀ ਆਪ ਤਹਿਕੀਕਾਤ ਕਰਵਾਨਾ ਚਾਹਤੇ ਹੈ ਇਸ ਇੰਸੀਡੈਂਟ ਮੇਂ ਕਿ ਕੋਈ ਪਾਕਿਸਤਾਨੀ ਇਸਮੇਂ ਮੁਲਵਿਸ ਥਾ, ਹਮ ਤਿਆਰ ਹੈ। ਅਗਰ ਆਪਕੇ ਪਾਸ ਕੋਈ ਐਕਸ਼ਨੇਬਲ ਇੰਟੈਲੀਜੈਂਸ ਹੈ ਕਿ ਪਾਕਿਸਤਾਨ ਇਨਵੋਲਵਡ ਹੈ, ਵੋ ਹਮੇ ਦੇ, ਮੈਂ ਆਪਕੋ ਗਾਰੰਟੀ ਕਰਤਾ ਹੂੰ ਕਿ ਹਮ ਐਕਸ਼ਨ ਲੇਂਗੇ। ਇਮਰਾਨ ਖਾਨ ਦੇ ਬਿਆਨ ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕੈਪਟਨ ਨੇ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਕਸ਼ਮੀਰ ਵਿੱਚ ਅੱਤਵਾਦੀ ਕਿਸ ਦੇ ਇਸ਼ਾਰੇ ਤੇ ਕੰਮ ਕਰਦੇ ਨੇ। ਮੁੱਖ ਮੰਤਰੀ ਨੇ ਤਲਖ ਲਹਿਜ਼ੇ ਵਿੱਚ ਕਿਹਾ ਕਿ ਅੱਤਵਾਦੀ ਸੰਗਠਨ ਜੈਸ਼ ਦਾ ਸਰਗਨਾ ਮਸੂਦ ਅਜ਼ਹਰ ਪਾਕਿਸਤਾਨ ਵਿੱਚ ਹੈ। ਕੀ ਇਮਰਾਨ ਖਾਨ ਉਸ ਤੇ ਕਾਰਵਾਈ ਕਰੇਗਾ? ਸਬੂਤ ਦੇਣ ਦੀ ਲੋੜ ਹੈ। ਜਿਹੜਾ ਇਹਨਾਂ ਦਾ ਮੁਖੀ ਹੈ ਉਹ ਤਾਂ ਬੈਠਾ ਉਹਦੇ ਕੋਲ। ਇਹ ਅਜ਼ਹਰ ਮਹਿਮੂਦ ਕੌਣ ਹੈ? ਇਹ ਉਹੀ ਬੰਦਾ ਜੋ ਉਹਨਾਂ ਜੈਸ਼ ਮੁਹੰਮਦ ਨੂੰ ਚਲਾਉਂਦਾ ਹੈ, ਔਰ ਜੈਸ਼ ਮੁਹੰਮਦ ਦਾ ਹਮਲਾ ਹੈ। ਪ੍ਰੂਫ ਕਿਆ ਦੇਈਏ ਉਹਨੂੰ? ਜਿਹੜੇ ਅਸੀਂ ਉਹ ਲਾਸ਼ਾਂ ਚੱਕ ਕੇ ਉੱਥੇ ਲੈ ਜਾਵਾਂਗੇ, ਜਿਹੜੇ ਬੰਦੇ ਮਰੇ ਨੇ, ਜਿਹੜੇ ਸਾਡੀ ਫੌਜ ਨੇ ਮਾਰੇ ਨੇ ਉੱਥੇ, ਉਹ ਪਛਾਣੂਗਾ, ਉਹ ਕਹੇਗਾ ਮੇਰੇ ਬੰਦੇ ਨਹੀਂ ਹੈ? ਇਹ ਤਾਂ ਹੁਣ ਕਹਿਣ ਦੀਆਂ ਗੱਲਾਂ ਨੇ। ਸਾਰੀ ਦੁਨੀਆ ਨੂੰ ਪਤਾ ਕਿ ਕੌਣ ਕੀ ਕਰ ਰਿਹਾ। ਆਈ ਡੋਂਟ ਨੋ, ਮੈਂ ਉਸ 'ਤੇ ਕਮੈਂਟ ਨਹੀਂ ਕਰਨਾ, ਲੇਕਿਨ ਫੈਕਟ ਇਜ਼ ਮੈਟਰ ਇਜ਼ ਕਿ ਪਾਕਿਸਤਾਨ ਬੁਰੀ ਇਹਦੇ 'ਤੇ ਕਰ ਰਹੀ ਹੈ। ਸਾਡੇ ਜਿਹੜੇ CRP ਦੇ ਜਵਾਨ ਮਰੇ ਨੇ ਜਾਂ ਫੌਜ ਦੇ ਰੋਜ਼ ਮਰੇ ਨੇ, ਅੱਜ ਵੀ 3 ਮਰੇ ਨੇ, ਕੱਲ੍ਹ ਵੀ ਮਰੇ ਨੇ 1 ਮੇਜਰ ਔਰ 3 ਜਵਾਨ, ਔਰ ਪਰਸੋਂ ਵੀ ਮਰੇ ਨੇ, ਇਹ ਤਾਂ ਰੋਜ਼ ਮਰੇ ਨੇ ਸਾਡੇ ਬੰਦੇ। ਇਹ ਸਭ ਪਾਕਿਸਤਾਨ ਫੌਜ ਔਰ ਉਹਨਾਂ ਦੇ ਜਿਹੜੀ ਜਥੇਬੰਦੀਆਂ ਨੇ ਕਸ਼ਮੀਰ ਦੇ ਵਿੱਚ ਉਹ ਕਰਵਾ ਰਹੀਆਂ ਨੇ ISI ਦੇ। ਪਟਿਆਲਾ ਦੇ ਘਨੌਰ ਹਲਕੇ ਵਿੱਚ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਮੁੱਖ ਮੰਤਰੀ ਦਾ ਪਾਕਿਸਤਾਨ ਅਤੇ ਪਾਕਿਸਤਾਨ ਦੀ ਸੈਨਾ ਖਿਲਾਫ਼ ਤਲਖ ਰਵੱਈਆ ਜਾਰੀ ਰਿਹਾ। ਕੈਪਟਨ ਨੇ ਕਿਹਾ ਕਿ ਪਾਕਿਸਤਾਨ ਨੇ ਸਾਡੇ 41 ਜਵਾਨ ਸ਼ਹੀਦ ਕੀਤੇ ਨੇ, ਹੁਣ ਸਾਨੂੰ ਪਾਕਿਸਤਾਨ ਦੇ 82 ਮਾਰਨੇ ਚਾਹੀਦੇ ਨੇ, ਕਿਉਂਕਿ ਇਹ ਹੀ ਇੱਕ ਜ਼ੁਬਾਨ ਹੈ ਜਿਸ ਨੂੰ ਪਾਕਿਸਤਾਨ ਸਮਝਦਾ ਹੈ। ਆਪਣਾ ਗੁਆਂਢੀ ਮੁਲਕ ਕਰਦਾ ਹੈ, ਉਹਨਾਂ ਨੂੰ ਨਿਪਟਣਾਂਗੇ, ਇਹਨਾਂ ਨੂੰ ਪਰਵਾਹ ਨਹੀਂ ਕਰਨੀ। ਕੋਈ ਮੋਟਾ ਦਾ ਜਨਰਲ, ਸਾਰੇ ਜਨਰਲ ਉਹਨਾਂ ਦੇ ਮੋਟੇ ਨੇ, ਪਤਾ ਨਹੀਂ ਕੀ ਖਾਂਦੇ ਨੇ। ਉਹ ਜਨਰਲ ਬਾਜਵਾ ਐਡਾ ਤਾਂ ਚੌੜਾ ਆ, ਔਰ ਦੂਜਾ ਉਹਦੇ ਨਾਲ ਉਹ ਕ੍ਰਿਕਟ ਖੇਡਣ ਵਾਲਾ, ਉਹਨੂੰ ਵਿਚਾਰੇ ਨੂੰ ਕੰਮ ਹੀ ਨਹੀਂ ਕਰਨ ਦਿੰਦੇ ਜਨਰਲ। ਅਤੇ ਇਹੋ ਜਿਹੀ ਗੱਲਾਂ ਹੀ ਬਸ ਉਹ ਕਰੀ ਜਾਂਦੇ ਨੇ, ਕਦੇ ਸਾਡੇ ਬੰਦੇ ਮਾਰ ਦਿਓ, ਕਦੇ ਸਾਡੇ CRP ਦੇ ਜਵਾਨ ਮਾਰ ਦਿਓ, ਕਦੇ ਜੋ ਫੌਜ ਦੇ ਜਵਾਨ ਮਾਰ ਦਿਓ। ਮੈਂ ਤਾਂ ਕਹਿ ਮੈਂ ਕਿਹਾ ਜਿਹੜਾ ਇੱਕੋ ਸਾਨੂੰ ਠੋਕਦਾ, ਇਹਨਾਂ ਦੇ 2 ਠੋਕੋ, ਹੋਰ ਤਰੀਕਾ ਇਹਦਾ ਕੋਈ ਕੁਛ ਨਹੀਂ। ਤਾਲੀ ਮਾਰਦੇ ਨਾ ਸਾਡੇ CRP ਦੇ ਜਵਾਨ, ਮੈਂ ਕਿਹਾ 82 ਠੋਕੋ ਇਹਨਾਂ ਨੂੰ। ਇਹ ਇਹੀ ਤਰੀਕਾ ਹੁੰਦਾ, ਅਗਰ ਤੁਸੀਂ ਸਖਤੀ ਨਾਲ ਇਹਨਾਂ ਨਾਲ ਨਿਪਟੋ ਤਾਂ ਇਹ ਸਮਝਣਗੇ, ਅਗਰ ਆਪਾਂ ਕਮਜ਼ੋਰੀ ਦਿਖਾਤੀ ਫਿਰ ਸਾਡੇ ਹੋਰ ਮਾਰ ਦੇਣਗੇ ਬੰਦੇ ਅੱਗੇ ਨੂੰ ਕਿ ਹਿੰਦੁਸਤਾਨ ਨੇ ਕੁਛ ਕਰਨਾ ਨਹੀਂ। ਮੈਂ ਆਸ ਕਰ ਕੈਪਟਨ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਹੁਣ ਸਮਾਂ ਜਵਾਬ ਦੇਂਦਾ ਹੈ ਅਤੇ ਕਾਂਗਰਸ ਪਾਰਟੀ ਪਹਿਲਾਂ ਹੀ ਇਸ ਮਸਲੇ ਤੇ ਸਰਕਾਰ ਨੂੰ ਹਮਾਇਤ ਦੀ ਗੱਲ ਕਰ ਚੁੱਕੀ ਹੈ। ਜ਼ਰੂਰ ਸਾਡੀ ਜਿਹੜੀ ਸਰਕਾਰ ਹੈ ਇਸ ਗੱਲ ਨੂੰ ਯਾਦ ਰੱਖੋ ਕਿ ਅੱਜ ਪੂਰਾ ਪੂਰਾ ਹਿੰਦੁਸਤਾਨ ਇਸ ਤੇ ਤੁਰਿਆ ਹੋਇਆ ਹੈ ਕਿ ਅਸੀਂ ਇਹ ਗਮ ਜਿਹੜਾ ਸਾਡੇ ਮੁੰਡੇ ਮਾਰਤੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਔਰ ਜੋ ਕਦਮ ਸਰਕਾਰ ਚੱਕਣਾ ਚਾਹੁੰਦੀ ਹੈ। ਮੈਂ ਤਾਂ ਕਿਹਾ ਸਾਡੇ ਪ੍ਰਧਾਨ ਜੀ ਰਾਹੁਲ ਗਾਂਧੀ ਜੀ ਨੇ ਕਿਹਾ, ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਜੋ ਸੀ ਡਾਕਟਰ ਮਨਮੋਹਨ ਸਿੰਘ ਜੀ ਨੇ ਕਿਹਾ ਕਿ ਜੋ ਕਦਮ ਚੱਕਣਾ ਚਾਹੁੰਦੀ ਹੈ ਸਰਕਾਰ ਚੱਕੋ, ਅਸੀਂ ਤੁਹਾਡੇ ਨਾਲ ਹੈ, ਲੇਕਿਨ ਚੱਕੋ ਵੀ ਕਦਮ ਤਾਂ ਕਿ ਇਹਨਾਂ ਨੂੰ ਪਤਾ ਲੱਗੇ
ਇਹ ਨਹੀਂ ਮੈਂ ਕਹਿੰਦਾ ਕਿ ਅੱਜ ਜੰਗ ਛੇੜ ਲਓ ਕਿਸੇ ਮੁਲਕ ਦੇ ਨਾਲ, ਇਹ ਨਹੀਂ ਅਸੀਂ ਚਾਹੁੰਦੇ ਜੰਗ ਛੇੜਨਾ, ਲੇਕਿਨ ਕਦਮ ਜ਼ਰੂਰ ਕੋਈ ਨਾ ਕੋਈ ਚੱਕਣਾ, ਸਰਜੀਕਲ ਸਟ੍ਰਾਈਕ ਕਰੋ ਜੋ ਮਰਜ਼ੀ ਕਰਨਾ ਕਰੋ ਤੁਸੀਂ, ਪਰ ਸਖਤੀ ਕਰਨੀ ਪਊ ਔਰ ਆਪਣੇ ਮੁੰਡਿਆਂ ਦਾ ਬਦਲੀ ਆਪਾਂ ਨੂੰ ਲੈਣਾ ਬਦਲਾ ਲੈਣਾ ਪਊ ਤੁਹਾਨੂੰ। ਤੋ ਅੱਜ ਖੁਸ਼ੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਾਕਿਸਤਾਨ ਪ੍ਰਤੀ ਸਖਤ ਅਤੇ ਤਲਖ ਰੁਖ ਲਗਾਤਾਰ ਜਾਰੀ ਹੈ। ਪਾਕਿਸਤਾਨ ਨੂੰ ਠੋਕਵਾਂ ਜਵਾਬ ਦੇਣ ਦੀ ਉਹਨਾਂ ਦੀ ਅਪੀਲ ਤੇ ਕੇਂਦਰ ਸਰਕਾਰ ਕੀ ਕਦਮ ਚੁੱਕਦੀ ਹੈ, ਇਸ ਲਈ ਕੁਝ ਇੰਤਜ਼ਾਰ ਕਰਨਾ ਪਵੇਗਾ। ਪਟਿਆਲਾ ਤੋਂ ਅਨਿਲ ਠਾਕੁਰ ਦੇ ਨਾਲ ਨਿਊਜ਼ ਡੈਸਕ ਤੋਂ ਬਿਊਰੋ ਰਿਪੋਰਟ।